ਆਪਣੇ ਵਿਆਹ ਦੀ ਵਰ੍ਹੇਗੰਢ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਪਤੀ ਪਤਨੀ ਦੇ ਨਾਲ ਵੱਡਾ ਹਾਦਸਾ ਹੋਇਆ। ਘਰੋਂ ਦੋਵੇਂ ਸਕੂਟੀ ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਲਈ ਮੱਥਾ ਟੇਕਣ ਦੇ ਲਈ ਨਿਕਲਦੇ ਨੇ, ਪਰ ਰਾਹ ਦੇ ਵਿੱਚ ਹੀ ਸਕੋਰਪੀਓ ਗੱਡੀ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਇਸੇ ਹਾਦਸੇ 'ਚ ਦੋਵਾਂ ਦੀ ਜਾਨ ਚਲੇ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਪਤੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ, ਜਦਕਿ ਪਤਨੀ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ, ਜਿੱਥੇ ਕੁਝ ਦੇਰ ਦੇ ਵਿੱਚ ਹੀ ਪਤਨੀ ਦੇ ਵੱਲੋਂ ਵੀ ਦਮ ਤੋੜ ਦਿੱਤਾ ਜਾਂਦਾ। ਪੂਰਾ ਮਾਮਲਾ ਖੰਨਾ ਦੇ ਪਿੰਡ ਕੁਡਾਣੀ ਕਲਾਂ ਦਾ ਦੱਸਿਆ ਜਾ ਰਿਹਾ, ਜਿਹਦੇ ਕੋਲ ਇਹ ਦਰਦਨਾਕ ਸੜਕ ਹਾਦਸਾ ਹੋਇਆ। ਦੱਸਿਆ ਜਾ ਰਿਹਾ ਕਿ ਦੋਵੇਂ ਆਪਣੇ ਵਿਆਹ ਦੀ ਵਰ੍ਹੇਗੰਢ ਤੇ ਮੱਥਾ ਟੇਕਣ ਦੇ ਲਈ ਗੁਰਦੁਆਰਾ ਸਾਹਿਬ ਜਾ ਰਹੇ ਸੀ ਕਿ ਰਾਸਤੇ ਦੇ ਵਿੱਚ ਹੀ ਸਕੋਰਪੀਓ ਗੱਡੀ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ। ਇਸੇ ਟੱਕਰ ਦੇ ਵਿੱਚ ਪਤੀ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ, ਜਦਕਿ ਪਤਨੀ ਨੂੰ ਲੁਧਿਆਣਾ DMC ਦੇ ਵਿੱਚ ਦਾਖਲ ਕਰਵਾਇਆ ਜਾਂਦਾ, ਜਿੱਥੇ ਪਤਨੀ ਵੀ ਦਮ ਤੋੜ ਦਿੰਦੀ ਹੈ। ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ ਕੈਂਥ, ਜਿਸ ਦੀ ਉਮਰ 60 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਅਤੇ ਪਤਨੀ ਜਿਸ ਦਾ ਨਾਂ ਰਾਜਵਿੰਦਰ ਕੌਰ ਹੈ, ਵਾਸੀ ਬੀਜਾ ਦੇ ਦੱਸੇ ਜਾ ਰਹੇ ਨੇ। ਇਹਨਾਂ ਦੋਵਾਂ ਪਤੀ ਪਤਨੀ ਦੀ ਸੜਕ ਹਾਦਸੇ ਨੇ ਜਾਨ ਲੈ ਲਈ ਹੈ। ਦੱਸਿਆ ਜਾ ਰਿਹਾ ਕਿ ਜਰਨੈਲ ਸਿੰਘ ਕਾਫੀ ਸਮੇਂ ਤੋਂ ਬੀਜਾ ਦੇ ਸਮਰਾਲਾ ਰੋਡ 'ਤੇ ਹੀ ਕੱਪੜੇ ਸੀਨ ਦਾ ਕੰਮ ਕਰਦੇ ਸਨ, ਅਤੇ ਉਹਨਾਂ ਦਾ ਬੇਟਾ ਗੁਰਸੇਵਕ ਸਿੰਘ ਕਰੀਬ 6 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ, ਜਦਕਿ ਦੋ ਬੇਟੀਆਂ ਵਿਆਹਤਾ ਨੇ। ਦੋਵੇਂ ਬਜ਼ੁਰਗ ਜੋੜੇ ਦੀ ਇਸ ਭਿਆਨਕ ਹਾਦਸੇ ਨੇ ਜਾਨ ਲੈ ਲਈ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਪਸਰ ਗਿਆ। ਰਾੜਾ ਸਾਹਿਬ ਜਾ ਰਹੇ ਸੀਗੇ ਜੀ ਮੱਥਾ ਟੇਕਣ, ਮੈਰਿਜ ਐਨਵਰਸਰੀ ਸੀਗੀ। ਬਸ ਜਦੋਂ GK ਰਿਸੋਰਟ ਦੇ ਮੂਹਰੇ ਪਹੁੰਚੇ ਜੀ, ਉੱਧਰ ਇੱਕ ਆਪਣੇ ਸਕੋਰਪੀਓ ਗੱਡੀ ਆ, ਉਹਨੇ ਓਵਰਟੇਕ ਕੀਤਾ, ਫੋਨ ਉਹਦੇ ਹੱਥ ਕੰਨ 'ਤੇ ਲੱਗਿਆ ਸੀਗਾ, ਉਹਨੇ ਗੱਡੀ ਬਿਲਕੁਲ ਮੂਹਰੇ ਘੁਮਾ ਕੇ ਲਾਤੀ ਇਹਨਾਂ ਦੇ ਜੀ। ਇਹ ਲੈਫਟ ਸਾਈਡ ਲੱਗੇ ਜੀ, ਚਾਚਾ ਦੀ ਮੌਤ ਤਾਂ ਔਨ ਦੀ ਸਪੋਟ ਹੀ ਹੋ ਗਈ, ਆਂਟੀ ਦੀ 2 ਘੰਟੇ ਬਾਅਦ ਹੋ ਗਈ ਜੀ। ਅੱਛਾ, ਅਤੇ ਹੁਣ ਜਿਹੜਾ ਕੀ ਕਾਰਵਾਈ ਹੋ ਰਹੀ ਹੈ ਜੀ? ਕਾਰਵਾਈ ਜੀ ਹੁਣ ਪਰਚਾ ਹੋ ਗਿਆ ਨਾ ਜੀ, ਮੈਂ ਪਿੱਛੇ ਸੀਗਾ ਥੋੜ੍ਹਾ ਜਿਹਾ ਉਹਨਾਂ ਤੋਂ, ਮੈਂ ਵੀ ਜਾ ਰਿਹਾ ਸੀਗਾ, ਜਦ ਮੈਂ ਜਾ ਕੇ ਦੇਖਿਆ ਮੇਰੇ ਜੰਦ ਨੂੰ ਇਹ ਹੋ ਗਿਆ ਸੀਗਾ ਜੀ। ਆਂਟੀ ਨੂੰ ਹੋਸਪਿਟਲ ਲੈ ਕੇ ਦਰਾਹੇ ਆਪਣੇ ਰਾੜਾ ਸਾਹਿਬ ਜੀ, ਉਸ ਤੋਂ ਬਾਅਦ ਉਹਨਾਂ ਦਾ ਰੈਫਰ ਕੀਤਾ DMC ਲੈ ਕੇ ਗਏ, ਜਦੋਂ DMC ਪਹੁੰਚੇ ਤਾਂ ਉਹਨਾਂ ਦੀ ਉੱਥੇ ਡੈਥ ਹੋ ਗਈ ਜੀ। ਅਤੇ ਮਾਮਲਾ ਦਰਜ ਹੋ ਗਿਆ ਜੀ? ਮਾਮਲਾ ਦਰਜ ਹੋ ਗਿਆ ਜੀ। ਅਤੇ ਉਹਨਾਂ ਦਾ ਬੇਟਾ ਜਿਹੜਾ? ਬੇਟਾ ਅੱਜ ਆਇਆ ਸੁਬਾਹ 6:30 ਵਜੇ ਪਹੁੰਚਿਆ ਜੀ, ਬਾਹਰ ਗਿਆ ਸੀਗਾ, 6 ਮਹੀਨੇ ਪਹਿਲਾਂ ਹੀ ਬਾਹਰ ਗਿਆ ਸੀਗਾ ਜੀ ਹਲੇ। ਅੱਛਾ, ਅੱਜੇ ਪਹੁੰਚਿਆ ਜੀ ਹਲੇ, ਉਹ ਹੁਣ ਘਰੇ ਆ ਜੀ, ਹੁਣ ਕੈਨੇਡਾ ਗਿਆ ਸੀਗਾ ਜੀ ਉਹ। ਤੇ ਜਿਹੜੀ ਮੈਰਿਜ ਐਨਵਰਸਰੀ ਮਨਾਈ, ਕਿੰਨਵਾਂ ਮਨਾਉਣੀ ਸੀਗੀ ਜੀ? ਹਲੇ ਤਾਂ ਗੁਰਦੁਆਰੇ ਮੱਥਾ ਟੇਕਣ ਗਏ ਸੀ, ਪ੍ਰੋਗਰਾਮ ਤਾਂ ਸ਼ਾਮ ਦਾ ਸੀਗਾ ਮਨਾਉਣ ਦਾ ਜੀ। ਉਹ ਕਹਿੰਦੇ ਬੇਟੀਆਂ ਆ ਜਾਣਗੀਆਂ ਫਿਰ ਮਨਾਵਾਂਗੇ, ਹਲ ਤਾਂ ਸੁਬਾਹ ਮੱਥਾ ਟੇਕਣ ਗਏ ਸੀਗੇ ਜੀ, ਪਰ ਜਦ ਨੂੰ ਇਹ ਕੰਮ ਹੋ ਗਿਆ ਜੀ। ਤੇ ਜਿਹੜੇ ਹੁਣ ਡਰਾਈਵਰ ਜਾਂ ਹੋਰ ਖੜੇ ਗਏ ਜੀ? ਡਰਾਈਵਰ ਜੀ ਪਹਿਲਾਂ ਤਾਂ ਕੋਲ ਖੜੇ ਸੀਗੇ, ਬਾਅਦ ਦੇ ਵਿੱਚ ਜਦ ਉਹਨੇ ਦੇਖਿਆ ਜੀ ਬੰਦੇ ਆ ਗਏ, ਉਹ ਗੱਡੀ ਛੱਡ ਕੇ ਉੱਥੋਂ ਫਰਾਰ ਹੋ ਗਏ ਜੀ। ਡਰਾਈਵਰ ਵੀ ਹੋ ਗਿਆ ਤਾਂ ਬ੍ਰਦਰ, ਉਹਦੇ ਮੰਮੀ ਡੈਡੀ। ਕੀ ਮੰਗ ਕਰਦੇ ਤੁਸੀਂ ਵੀ ਜਿਹੜੀ? ਮੰਗ ਤਾਂ ਜੀ ਚਲੋ ਹੁਣ ਜੋ ਕਾਰਵਾਈ ਹੋਊਗੀ ਦੇਖਾਂਗੇ ਜੀ, ਪਰਚਾ ਹੋ ਗਿਆ ਜੀ ਗਾਹਾਂ ਨੂੰ ਇੱਦਾਂ, ਹੁਣ ਤਾਂ ਗਲਤੀ ਕਰਤੀ, ਸਾਡਾ ਘਰ ਤਾਂ ਖਤਮ ਕਰਤਾ ਉਹਨੇ ਜੀ, ਹੁਣ ਗਾਹਾਂ ਕਿਸੇ ਹੋਰ ਦਾ ਨਾ ਕਰੇ ਜੀ। ਕੱਲ੍ਹ ਕੁਝ ਖਾਧਾ ਪੀਤਾ ਹੋਵੇ, ਸਮੈਕ ਸਮੁਕ ਪੀਂਦਾ ਹੋਵੇ, ਕੀ ਪਤਾ ਇਹੋ ਜਿਹੇ ਬੰਦੇ ਦਾ। ਕਿੰਨੀ ਮੈਰਿਜ ਐਨਵਰਸਰੀ? ਨੀਅਰ ਅਬਾਊਟ ਹੋਊਗੀ ਜੀ 35ਵੀਂ ਜੀ ਹੋਊਗੀ ਜੀ। ਪਰਿਵਾਰ ਪਿੱਛੇ ਕੌਣ ਕੌਣ ਆ? ਪਰਿਵਾਰ ਦੇ ਵਿੱਚ 2 ਬੇਟੀਆਂ ਨੇ, ਉਹਨਾਂ ਦੀ ਮੈਰਿਜ ਹੋਈ ਆ, ਬੇਟਾ ਅਨਮੈਰਿਡ ਆ ਜੀ। ਇਹ ਮੌਤ ਹੋਈ ਜੀ ਇੱਥੋਂ, ਇਹ ਵਿਆਹ ਦੇ ਬੀਜੋ ਯਾਰ, ਮੀਆਂ ਬੀਬੀ ਦੋਨੇ ਹੀ, ਰਾਜਵਿੰਦਰ ਕੌਰ ਅਤੇ ਉਹਦਾ ਘਰਵਾਲਾ ਜਰਨੈਲ ਸਿੰਘ। ਉਹਦੀ ਮੈਰਿਜ ਡੇ ਵੀ ਸੀਗੀ, ਉਹਦਾ ਜਨਮਦਿਨ ਸੀਗਾ ਉਹਦਾ, ਉਹ ਜਿਹੜੇ ਮੱਥਾ ਰੱਖਣ ਰਾੜਾ ਸਾਹਿਬ ਗੁਰਦੁਆਰੇ 'ਚ, ਜਦੋਂ ਢਾਣੀ ਲੰਘ ਕੇ ਪਿੰਡ ਜੀਕੇ ਰਿਜੋਰਟ ਦੇ ਨਾਲ ਪਹੁੰਚੇ, ਜੀਕੇ ਰਿਜੋਰਟ ਗੁਰਦੁ ਉਹਦੇ ਕੋਲ ਪੈਲਸ ਕੋਲ ਪਹੁੰਚੇ, ਤਾਂ ਉੱਧਰ ਇੱਕ ਸਕਾਰਪੀਓ ਆਈ, ਟਰੱਕ ਨੂੰ ਕੁਛ ਕਰਦੀ, ਉਹਨੇ ਸੜ ਮਾਰੀ ਉਹਨਾਂ ਨੂੰ। ਕਿਵੇਂ ਜਿਹੜਾ ਹਾਦਸੇ ਦੇ ਵਿੱਚ ਦੋਨਾਂ ਦੀ ਮੌਕੇ 'ਤੇ ਮੌਤ? ਇੱਕ ਜਨਰਲ ਦੀ ਮੌਕੇ 'ਤੇ ਮੌਤ ਹੋ ਗਈ, ਜਿਹੜੀ ਘਰ ਵਾਲੀ ਸੀ ਰਾਜਵਿੰਦਰ ਕੌਰ, ਉਹਦੀ DMC ਹੋ ਜਾਵੇ। ਅੱਛਾ, ਅਤੇ ਹੁਣ ਜਿਹੜਾ ਪੋਸਟਮਾਰਟਮ ਵਗੈਰਾ? ਅਸੀਂ ਪਰਚਾ ਮੁਕਦਮਾ ਦਰਜ ਕਰਤਾ ਗੱਡੀ ਦੇ ਖਿਲਾਫ, ਗੱਡੀ ਵਾਲੇ ਖਿਲਾਫ, ਗੱਡੀ ਵਾਲਾ ਭੱਜਿਆ ਫਰਾਰ ਆ। ਕਿਹੜੀਆਂ ਕਿਹੜੀਆਂ ਧਾਰਾ ਤਹਿਤ ਮੁਕਦਮਾ? 279, 427, 304A ਅਤੇ ਜਿਹੜਾ ਡਰਾਈਵਰ ਆ ਫੜਿਆ ਗਿਆ? ਡਰਾਈਵਰ ਭੱਜਿਆ ਹੋਇਆ, ਗੱਡੀ ਕਾਬੂ ਆ।
ਅੱਛਾ ਜੀ, ਤੇ ਹੁਣ ਜਿਹੜੀ ਇਹ ਲਾਸ਼ਾਂ ਨੂੰ ਜਿਹੜਾ ਪੋਸਟਮਾਰਟਮ ਕਰਾ ਰਹੇ ਆ। ਤੇ ਇੱਕ ਹੋਰ ਦੱਸ ਦਿਓ, ਜਿਹੜੇ ਜਨਮ ਦਿਨ ਸੀ ਉਹ ਜਿਹੜਾ ਕਿਹਦਾ ਸੀ? ਵਰੇਗੰਢ ਸਿੰਘ ਦਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।